सो किसानी संघर्ष जारी है ते नौजवान जड़े ने इत्थे पहुंच रहे ने। ए नौजवान भी इत्थे पहुंचे ने हल ते पंजाली लैके, मोढ़े ते रख के हल ते पंजाली लैके आए ने। साडा विरसा हल है ता जिस ढंग दे नाल गलबात असीं करदे। की नाम है जी तुहाडा? मेरा नाम विक्की भिंडर है जी, शाहबाद मारकंडे तो आए हैं जी। ये हल तुसी नाल लेके आए हो? हाँ जी हाँ। इहदा की कारण है? इहदा कारण है जी बस जिहड़ा कम चल रहा है, देखा अपने नौजवान ने अपना बुजुर्गों का इतने बुरा हाल है। सानू तो हफ्ता इतने हो गया, इतने डेरे पाए हैं ते हल नू वेख के मैं वेख्या बुजुर्ग बहुत आशीर्वाद देंदे सानू ते नाले उन्होंने अपना टाइम याद आता है, कहता पुत्र तू इतने आ गया साडे च जोश भरता है। और मैं बापू अही इतने ही रहांगे। फिर इसे हल दे नाल असीं अपना जिहड़ियां जमीना आबाद कीतियां, अपनी उपजीविका चलाई, ढिड भरिया देश दा। बिलकुल जी बिलकुल, मेरे फादर साहब ने 1962 दे विच इह हल लिया सी ते खेती आपां पहलां वी करदे हां, इहदे नाल खेती शुरू की सन 94 तक ਇਹੀ ਹੱਲ ਨਾਲ ਆਪਾਂ ਖੇਤੀ ਕੀਤੀ ਤੇ ਉਸ ਤੋਂ ਬਾਅਦ ਆਪਾਂ ਸਾਂਭ ਕੇ ਰੱਖ ਲਿਆ ਆਪਣੇ ਘਰ। ਟਰੈਕਟਰ ਤਾਂ ਬਾਅਦ ਵਿੱਚ ਆਏ ਨੇ, ਪਹਿਲਾਂ ਇਹਦੇ ਨਾਲ ਜਦੋਂ ਬੈਲ ਜੋਤਦੇ ਸੀ? ਹਾਂ ਬਿਲਕੁਲ ਜੀ ਬਿਲਕੁਲ, ਇਹਦੇ ਨਾਲ ਹੀ ਸਾਰਾ ਪਰਿਵਾਰ ਰੋਟੀ ਖਾਂਦਾ ਸੀ ਜੀ। ਹਾਂਜੀ ਇਹਦੇ ਨਾਲ ਹੀ ਜਦੋਂ ਕਹਿੰਦੇ ਕਿ ਦੇਸ਼ ਦੇ ਵਿੱਚ ਰਾਜ ਸੀਗਾ ਤਾਂ ਆਪਾਂ ਨੂੰ ਮੰਗਣਾ ਪੈਂਦਾ ਸੀਗਾ ਦੂਜੇ ਸੂਬਿਆਂ ਤੋਂ, ਫਿਰ ਹਰੀ ਕ੍ਰਾਂਤੀ ਇਹਨਾਂ ਹਲਾਂ ਦੇ ਨਾਲ ਹੀ ਲੈਂਦੀ ਹੈ। ਬਿਲਕੁਲ ਜੀ ਬਿਲਕੁਲ, ਇਹ ਹਲ ਹੀ ਸਾਡੀ ਜਿਹੜੀ ਹੈ ਨਾ ਜੀ, ਸਾਡੇ ਅੰਨਦਾਤਾ ਇਹਨਾਂ ਨੂੰ ਕਹਿ ਲਈਏ, ਇਹਨਾਂ ਤੋਂ ਹੀ ਸਾਡਾ ਕੰਮ ਸ਼ੁਰੂ ਹੋਇਆ ਸੀ ਜੀ। ਕਾਫੀ ਭਾਰਾ ਹੈ? ਮੈਨੂੰ ਤੇ ਫੁੱਲਾਂ ਵਰਗਾ ਨਜ਼ਰ ਆਉਂਦਾ ਜੀ, ਭਾਰਾ ਹੋਏਗਾ ਤੇ ਪਤਾ ਨੀ। ਇੱਥੇ ਆ ਕੇ ਤੇ ਇਹ ਜੋਸ਼ ਭਰ ਗਿਆ, ਮੈਨੂੰ ਮਹਿਸੂਸ ਨਹੀਂ ਹੁੰਦਾ। ਮੈਨੂੰ ਤੇ ਅੱਜ ਹੋ ਗਏ, ਮੈਂ 10 ਦਿਨ ਇੱਥੇ ਜੀ। ਆ ਮੈਂ ਤੇ ਜਦੋਂ ਨਿਕਲਣਾ ਫਿਰ ਹੱਲ ਲੈ ਕੇ ਨਿਕਲਣਾ ਇੱਥੇ ਜੀ। ਮੋਢੇ ਤੇ ਰੱਖਦੇ ਹੋ? ਐਦਾਂ ਮੋਢੇ ਤੇ ਰੱਖਣਾ ਜੀ। ਹਾਂ ਕਹਿੰਦੇ ਨੇ ਫਿਰ ਤੁਹਾਨੂੰ ਜਦੋਂ ਇੱਥੇ ਤੁਸੀਂ ਇੱਥੇ ਤੇ ਮੈਨੂੰ ਸ਼ਾਬਾਸ਼ੀ ਇਹ ਨਹੀਂ ਮਿਲਦੀ ਹੈ, ਇੰਨੇ ਆਸ਼ੀਰਵਾਦ ਮਿਲੇ ਆ, ਮੇਰਾ ਤੇ ਜੀਵਨ ਸਫਲ ਹੋ ਗਿਆ ਜੀ। ਇਸ ਤੋਂ ਬਾਅਦ ਤੇ ਭਾਵੇਂ ਬਾਰਡਰ ਤੇ ਫਿਰ ਚੱਕ ਦਿਨ ਫੱਟੇ ਕੋਈ ਗੱਲ ਹੀ ਨਹੀਂ। ਫਿਰ ਆਪਾਂ ਨੂੰ ਵੀ ਦਿਖਾਓ, ਮੋਦੀ ਸਾਹਿਬ ਤਾਂ ਸਮਝਦੇ ਨਹੀਂ ਗੱਲ ਹਜੇ। ਮੋਦੀ ਸਾਹਿਬ ਨੂੰ ਮੈਂ ਅੱਗੇ ਮੈਸੇਜ ਦਿੱਤੇ ਆ ਕਿਉਂਕਿ ਹੋਰ ਕਈ ਚੈਨਲਾਂ ਤੇ ਮੇਰੇ ਇੰਟਰਵਿਊ ਹੋਏ ਹਨ ਤੇ ਮੈਸੇਜ ਦਿੱਤੇ ਆ ਕਿ ਮੋਦੀ ਸਾਹਿਬ ਤੁਸੀਂ ਹੁਣ ਮੰਜੋ। ਬਾਰ ਬਾਰ ਕਹਿੰਦਾ ਮੈਂ ਚੰਗਾ ਨਹੀਂ ਲੱਗਦਾ, ਇੱਥੇ ਬਜ਼ੁਰਗ ਬਹੁਤ ਨੇ, ਬੱਚੇ ਨੇ, ਹੁਣ ਆਪਣੇ ਆਪ ਤੁਹਾਨੂੰ ਚਾਹੀਦਾ ਕਿ ਇਹਨਾਂ ਦੀ ਮੰਗਾਂ ਜਿਹੜੀਆਂ ਨੇ ਜਿਹੜੇ ਬਿੱਲ ਨੇ ਵਾਪਸ ਲਓ। ਤੁਸੀਂ ਕਹਿੰਦੇ ਹੋ ਆਪਾਂ ਸਮਝਾਣਾ, ਤੁਸੀਂ ਇੱਕ ਵਾਰੀ ਵਾਪਸ ਲੈ ਲਓ, ਫਿਰ ਵਾਰੀ ਵਾਰੀ ਆਪਣੇ ਬੁਲਾ ਕੇ ਸਮਝਾਓ, ਜੇ ਸਾਡੀ ਸਮਝ ਆ ਗਈ ਤੇ ਅਸੀਂ ਜ਼ਰੂਰ ਕਰਾਂਗੇ। ਇਹ ਕਹਿੰਦੇ ਹੱਕ 'ਚ ਨੇ ਤੁਹਾਡੇ, ਹਰਿਆਣੇ ਦੀਆਂ ਕਈ ਸੰਸਥਾਵਾਂ ਕਹਿੰਦੇ ਸਾਡੇ ਕੋਲ ਗੰਜਾਂ ਨੇ, ਉਹ ਕਹਿੰਦੇ ਫਾਇਦੇ 'ਚ ਨੇ ਖੇਤੀ ਕਰਨ। ਇੱਦਾਂ ਜੀ ਜਿੰਦੀ ਪਾਰਟੀ ਇਹ ਸੰਸਥਾਵਾਂ ਪਰਨੇ ਹਰੇ ਪਾ ਕੇ ਜਾਂ ਦੂਜੇ ਪਾ ਕੇ ਸੰਸਥਾਵਾਂ ਬਣਾ ਕੇ ਅਸੀਂ ਕਹਿ ਦਈਏ ਜੀ ਸਾਡੇ ਹੱਕ 'ਚ ਆ ਗਏ, ਉਹ ਗੱਲ ਤੇ ਨਹੀਂ। ਜਿਹੜੀ ਸਾਡੀ ਜਥੇਬੰਦੀਆਂ ਨੇ ਉਹਨਾਂ ਨੂੰ ਬੁਲਾਓ, ਉਹ ਕਿਉਂ ਨਹੀਂ ਮੰਨਦੇ ਫਿਰ ਜੇ ਤੁਸੀਂ ਕਹਿੰਦੇ ਹੋ ਦੂਜੇ ਮੰਨ ਗਏ ਤਾਂ? ਖੱਟਰ ਸਾਹਿਬ ਕਹਿੰਦੇ ਹਰਿਆਣੇ ਦੇ ਬੰਦੇ ਨਹੀਂ ਆਏ ਉਰੇ, ਕਹਿੰਦੇ ਇਹ ਕਹੀ ਜਾਂਦੇ ਨੇ ਤੁਹਾਡੇ। ਇਹ ਮੈਂ ਖੱਟਰ ਸਾਹਿਬ ਨੂੰ ਇਹ ਕਹਾਂਗਾ, ਖੱਟਰ ਸਾਹਿਬ ਜੀ ਸਾਡੇ ਸੀਐਮ ਆਈ, ਤੁਹਾਡੀ ਕਰਨੇ ਇੱਜ਼ਤ ਤੇ ਮੈਂ ਦੱਸਣ ਵਾਸਤੇ ਆਇਆ ਕਿ ਮੈਂ ਵਿੱਕੀ ਭਿੰਡਰ ਸ਼ਾਹਬਾਦ ਮਾਰਕੰਡਾ ਡਿਸਟ੍ਰਿਕਟ ਕੁਲਛੇਤਰਾ ਤੋਂ ਆ ਜੀ, ਮੈਂ ਡਟਿਆ ਇੱਥੇ। ਬਾਕੀ ਜਿਹੜਾ ਤੁਸੀਂ ਕੰਮ ਕੀਤਾ ਸੀ, ਤੁਸੀਂ ਪਾਣੀ ਪਾਇਆ, ਤੁਸੀਂ ਜਿਹੜਾ ਮਿੱਟੀਆਂ ਦੇ ਢੇਰ ਲਾਏ, ਜੱਟ ਦੇ ਛੋਟੇ ਹੁੰਦੇ ਆ ਜੋ ਕੱਦੂ ਚ ਵਾੜ ਦਿੰਦੇ ਆ ਆਪਣੇ ਜਵਾਕਾਂ ਨੂੰ, ਉਹ ਪੱਕਾ ਕਰ ਦਿੰਦੇ ਆ, ਤੁਸੀਂ ਤੇ ਪਾਣੀ ਦਾ ਵੀ ਸਾਨੂੰ ਆਸ਼ੀਰਵਾਦ ਦਵਾਤਾ ਤੇ ਮਿੱਟੀ ਤੇ ਸਾਡੀ ਮਾਂ ਹੈ ਜੀ, ਉਹੀ ਸਾਨੂੰ ਸਭ ਕੁਝ ਦਿੰਦੀ ਹੈ, ਉਹਦੇ ਨਾਲ ਤੁਸੀਂ ਰਾਹ ਰੋ ਕੇ ਸਾਨੂੰ ਉਹਦਾ ਵੀ ਆਸ਼ੀਰਵਾਦ ਦਵਾਇਆ, ਹੁਣ ਅਸੀਂ ਡਟ ਗਏ ਆ ਜੀ। ਅੱਛਾ, ਇਹ ਬਹੁਤ ਸਾਂਭਿਆ ਤੁਸੀਂ ਇਹਨੂੰ? ਹਾਂ ਜੀ ਹਾਂ, ਮੇਰੇ ਫਾਦਰ ਨੇ ਚੰਨ ਭਿੰਡਰ ਸ਼ਾਹਬਾਦ ਮਾਰਕੰਡਾ ਤੋਂ, ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਉਹਨਾਂ ਨੇ ਸਾਂਭ ਕੇ ਰੱਖਿਆ ਸੀ, ਅੱਜ ਜਦੋਂ ਆਪਾਂ ਫਿਰ ਲੈ ਆਏ ਜੀ। ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਨਹੀਂ ਲੱਗਣਾ ਵੀ ਕੀ ਚੀਜ਼ ਹੈ, ਦੱਸਣਾ। ਦੇਖੋ ਜੀ ਮੇਰੀ ਗੱਲ ਸੁਣ ਲਓ, ਇੱਥੇ ਆ ਕੇ ਮੇਰੇ ਖਿਆਲ 'ਚ ਤਾਂ ਹੁਣ ਜਿੰਨੇ ਮੇਰੇ ਇੰਟਰਵਿਊ ਹੋਏ ਨੇ ਤੇ ਚੈਨਲਾਂ ਤੇ ਚੱਲ ਰਿਹਾ, ਮੈਨੂੰ ਲੱਗਦਾ ਹੁਣ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਲੱਗ ਗਿਆ ਕਿ ਹੱਲ ਕੀ ਹੁੰਦਾ, ਕਣਕ ਕਿਵੇਂ ਬੀਜੀ ਜਾਂਦੀ ਹੈ ਜੀ। ਹਾਂ ਜੀ ਹਾਂ, ਇਹਦਾ ਬਹੁਤ ਫਾਇਦਾ ਹੋ ਗਿਆ ਸਾਨੂੰ ਅੰਦੋਲਨ ਦਾ ਜੀ। ਸਰਕਾਰਾਂ ਕਹਿੰਦੀਆਂ ਨੇ ਕਿ ਫਾਇਦਾ ਜਿਹੜਾ ਏ ਉਹ ਲੋਕਾਂ ਨੂੰ ਹੋਊਗਾ ਖੇਤੀ ਕਾਨੂੰਨਾਂ ਦੇ ਨਾਲ, ਪਰ ਇੱਕ ਪਾਸੇ ਇਹ ਪਤਾ ਲੱਗ ਰਿਹਾ ਕਿ ਬਹੁਤ ਮਹਿੰਗੀਆਂ ਹੋ ਜਾਣਗੀਆਂ ਚੀਜ਼ਾਂ, ਚਾਹੇ ਆਟਾ ਮੱਕੀ ਜਿਹੜੀਆਂ ਆਪਣੇ ਨਿੱਤ ਵਰਤੋਂ ਦੀਆਂ ਚੀਜ਼ਾਂ ਨੇ, ਜਦੋਂ ਸ਼ੋਰੂਮਾਂ ਦੇ ਰਾਹੀਂ ਵਿਕਣਗੀਆਂ। ਬਿਲਕੁਲ ਜੀ ਬਿਲਕੁਲ, ਇੱਦਾਂ ਹੈ ਕਿ ਅੱਜ ਆਮ ਬੰਦਾ ਜਿਹੜਾ ਇਹ ਗੱਲ ਨੂੰ ਅਜੇ ਨਹੀਂ ਸਮਝ ਰਿਹਾ, ਇਹ ਜਿਹੜਾ ਭੰਡਾਰਨ ਵਾਲਾ ਬਿੱਲ ਹੈ ਨਾ ਜੀ ਇਹਨਾਂ ਦਾ, ਇਹ ਖਾਲੀ ਜ਼ਿਮੀਦਾਰ ਜ਼ਿਮੀਦਾਰ ਦੇ ਆਪਣੇ ਦਾਣੇ ਘਰ ਰੱਖ ਲਏਗਾ, ਆਮ ਪਬਲਿਕ ਜਦੋਂ ਆਟਾ ਖਰੀਦਣ ਜਾਏਗੀ, ਦਾਲਾਂ ਖਰੀਦਣ ਜਾਏਗੀ ਨਾ, ਉਦਣ ਪਤਾ ਲੱਗੇਗਾ ਆਮ ਪਬਲਿਕ ਨੂੰ ਵੀ। ਤਾਂ ਕਰਕੇ ਮੈਂ ਕਹਿੰਦਾ ਕਿ ਸਾਰੇ ਕਿਸਾਨਾਂ ਨੂੰ ਨਾ ਤੁਸੀਂ ਅੱਗੇ ਕਰੋ, ਤੁਸੀਂ ਸਾਰੇ ਆਓ ਭਰਾਓ, ਇਹ ਤੁਹਾਡੇ ਵਾਸਤੇ, ਤੁਸੀਂ ਬਿੱਲ ਚੰਗੀ ਤਰ੍ਹਾਂ ਪੜ੍ਹੋ, ਫਿਰ ਪਤਾ ਲੱਗੇਗਾ ਕਿ ਆਮ ਜਨਮੀ ਦੇ ਨਾਲ ਦੁਖੀ ਹੋਏਗਾ ਜੀ। ਬਿਲਕੁਲ, ਬਹੁਤ ਧੰਨਵਾਦ। ਤਾਂ ਇੱਕ ਨੌਜਵਾਨ ਹੋਰ ਵੀ, ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਦੇਖੋ ਸਰ, ਜਿੱਦਾਂ ਮੋਦੀ ਸਰਕਾਰ ਨੇ ਬਹੁਤ ਹੀ ਡਿਕਟੇਟਰਸ਼ਿਪ ਤੇ ਭੱਦੀਆਂ ਸ਼ਬਦਾਵਲੀਆਂ ਵਰਤ ਲਈਆਂ, ਇੱਕ ਪਾਸੇ ਤੇ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ, ਦੂਜੇ ਪਾਸੇ ਇਹਨਾਂ ਦੇ ਮੰਤਰੀ ਕੋਈ ਪੰਜਾਬ ਦੇ ਮੰਤਰੀ ਨੇ, ਕੁਝ ਇੱਧਰੋਂ ਦੇ ਆ, ਕੋਈ ਕੈਬਨਿਟ ਮਿਨਿਸਟਰ ਨੇ ਕੇਂਦਰੀ ਦੇ, ਉਹ ਸਾਰੇ ਭੱਦੀਆਂ ਸ਼ਬਦਾਵਲੀ ਦੇ ਦੇ ਆ। ਕਦੇ ਨਰਿੰਦਰ ਤੋਮਰ ਕਹਿ ਰਹੇ ਆ, ਕਦੇ ਦਾਨਵੇ ਕਹਿੰਦਾ ਕਿ ਇਹਨਾਂ ਨੂੰ ਅੱਤਵਾਦੀ ਨੇ ਜਾਂ ਇੱਦਾਂ ਜਾਂ ਸਮਰਥਨ ਕਰ ਰਹੇ ਨੇ, ਪਾਕਿਸਤਾਨ ਚੀਨ ਸਮਰਥਨ ਕਰ ਰਿਹਾ, ਕਦੇ ਕਹਿੰਦੇ ਆ ਜੀ ਇਹ ਖਾਲਿਸਤਾਨੀ, ਕਦੇ ਕਹਿੰਦੇ ਅੱਤਵਾਦੀ ਨੇ। ਕੱਲ੍ਹ ਰਾਤ ਇੱਕ ਬਿਆਨ ਦਿੱਤਾ ਅਨਿਲ ਜੋਸ਼ੀ ਨੇ ਇੱਕ ਨਿੱਜੀ ਚੈਨਲ 'ਤੇ, ਦੱਸ ਦਿਓ। ਉਹਨਾਂ ਨੇ ਬਿਆਨ ਦਿੱਤਾ ਕਿ ਜੀ ਇਹ
किसान जिहड़े अंदोलन चल रहा किसान किसानों वालों मंग की जा रही है कि जिहड़े जिले में बंद अत्तवादी ने उन्होंने रिहा करने की मंग है। पर तुसी भी राणा जी कदों की कवरेज कर रहे हो 25-26 तरीक तुसी कवरेज कर रहे हो किसे तुहानू आगू ने किसी ने कोई तुहानू कहा है कि असीं आ काम कर रहे हैं पर नहीं एक गलत काम कर रहे ने वो भद्दियां शब्दावलियां वरत रहे ने ये सिर्फ साडा अंदोलन खराब करना चाहुंदे ने होर कुछ नहीं इन्हां नूं हजम नहीं आ रहा। आ नौजवान जिहड़े ने इत्थे भगत सिंह दी फोटो लैके पहुंचे हुए ने तां आपो अपने तरीके दे नाल इत्थे जिहड़े नौजवान इत्थे पहुंचदे ने गलबात करांगे जिस ढंग दे नाल सर की कहना चाहुंदे हो राणा जी तुहाडा बहुत बहुत धन्नवाद तुसीं सारा कवर कीता इह एजिटेशन बहुत वधिया तुहाडा ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਨ ਤਿੰਨੇ ਕਾਲੇ ਕਾਨੂੰਨ ਯੈਸ ਔਰ ਨੋ ਕੁਛ ਨਹੀਂ ਇਹਨਾਂ ਵਿੱਚੋਂ ਕੁਛ ਨਹੀਂ ਕਹਿਣਾ ਚਾਹੁੰਦੇ ਬਸ ਇਹੀ ਆ ਵਾਪਸ ਲੈਣੇ ਚਾਹੀਦੇ ਆ ਕਿਉਂਕਿ ਕਿਸਾਨਾਂ ਦੇ ਡੈਥ ਵਾਰੰਟ ਆ ਇਹ ਜਿਹੜੇ ਸਾਈਨ ਕੀਤੇ ਆ ਜ਼ਾਲਮ ਸਰਕਾਰਾਂ ਨੇ ਨੋ ਫੂਡ ਨੋ ਫਾਰਮਰ ਨੋ ਫਿਊਚਰ ਬੱਚਿਆਂ ਦਾ ਭਵਿੱਖ ਨਹੀਂ ਕੁਛ ਹੈਗਾ ਜੀ। ਸਤਿ ਸ਼੍ਰੀ ਅਕਾਲ ਤਾਂ ਇੱਕ ਤਸਵੀਰ ਹੋਰ ਦਿਖਾ ਦਿੰਦੇ ਹਾਂ ਜਿਸ ਢੰਗ ਦੇ ਨਾਲ ਲਗਾਤਾਰ ਜਿਹੜੇ ਇੱਥੇ ਲੋਕ ਨੇ ਉਹ ਡਟੇ ਹੋਏ ਨੇ ਤੇ ਖੇਤੀ ਅੰਦੋਲਨ ਜਿਹੜਾ ਲਗਾਤਾਰ ਜਾਰੀ ਹੈ ਤਾਂ ਤਸਵੀਰਾਂ ਤੁਹਾਨੂੰ ਕਿਸਾਨੀ ਅੰਦੋਲਨ ਦੇ ਲਗਾਤਾਰ ਦਿਖਾਉਂਦੇ ਰਵਾਂਗੇ ਕੈਮਰਾਮੈਨ ਪਰਵਿੰਦਰ ਦੇ। ਸੋ ਕਿਸਾਨੀ ਸੰਘਰਸ਼ ਜਾਰੀ ਹੈ ਤੇ ਨੌਜਵਾਨ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਇਹ ਨੌਜਵਾਨ ਵੀ ਇੱਥੇ ਪਹੁੰਚੇ ਨੇ ਹਲ ਤੇ ਪੰਜਾਲੀ ਲੈ ਕੇ ਮੋਢੇ